ਹੈਦਰਾਬਾਦ ਵਿੱਚ ਕਰੀਬ 1 ਕਰੋੜ ਨਾਲ ਭਗਵਾਨ ਗਣੇਸ਼ ਦੀ 61 ਫੁੱਟ ਉੱਚੀ ਤੇ 50 ਟਨ ਵਜਨੀ ਮੂਰਤੀ ਤਿਆਰ ਕੀਤੀ ਗਈ ਹੈ। 1954 ਤੋਂ ਹਰ ਸਾਲ ਹੈਦਰਾਬਾਦ ਦੇ ਖੈਰਤਾਬਾਦ ਵਿੱਚ ਸਭ ਤੋਂ ਉੱਚੇ ਗਣਪਤੀ ਬਿਰਾਜਮਾਨ ਕੀਤੇ ਜਾਂਦੇ ਨੇ। ਪੇਸ਼ ਹੈ ਇਸ ਸੰਬੰਧੀ ਖਾਸ ਰਿਪੋਰਟ। ਸੋਮਵਾਰ ਤੋਂ ਗਣੇਸ਼ ਉਤਸਵ ਸ਼ੁਰੂ ਹੋ ਰਿਹਾ ਹੈ। ਹੈਦਰਾਬਾਦ ਦੇ ਖੈਰਤਾਬਾਦ ਵਿੱਚ ਗਣਪਤੀ ਦੀ 61 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਮੂਰਤੀ 12 ਮੁਖੀ ਹੈ। ਇਸ ਨੂੰ ਸ਼੍ਰੀ ਦਵਾਦਸ਼ਤਿਆ ਮਹਾਗਣਪਤੀ ਨਾਮ ਦਿੱਤਾ ਗਿਆ। ਇੱਥੇ 1954 ਤੋਂ ਲਗਾਤਾਰ ਹਰ ਸਾਲ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ। ਗਣੇਸ਼ ਉਤਸਵ ਦੇ ਦੌਰਾਨ ਇੱਥੇ ਸਥਾਪਿਤ ਕੀਤੀ ਜਾਣ ਵਾਲੀ ਮੂਰਤੀ ਦੇਸ਼ ਭਰ ਵਿੱਚ ਸਭ ਤੋਂ ਉੱਚੀ ਹੁੰਦੀ ਹੈ। 150 ਮੈਂਬਰਾਂ ਨੇ ਹੈਦਰਾਬਾਦ ਵਿੱਚ ਇਹ ਮੂਰਤੀ ਬਣਾਈ। ਇਸ ਨੂੰ ਬਣਾਉਣ ਦੀ ਸ਼ੁਰੂਆਤ ਮਈ ਵਿੱਚ ਹੋਈ। ਇਸ ਵਿੱਚ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ। ਇਸ ਦਾ ਭਾਰ ਕਰੀਬ 50 ਟਨ ਹੈ। ਇਸ ਨੂੰ POP ਦੀ ਮਦਦ ਨਾਲ ਬਣਾਇਆ ਗਿਆ। ਇਹ ਦੇਸ਼ ਦੀ ਸਭ ਤੋਂ ਉੱਚੀ 12 ਮੁਖੀ ਗਣੇਸ਼ ਪ੍ਰਤਿਮਾ ਹੈ, ਜੋ ਗਣੇਸ਼ ਉਤਸਵ ਦੇ ਦੌਰਾਨ ਸਥਾਪਿਤ ਕੀਤੀ ਜਾਵੇਗੀ। ਇਸ ਸਾਲ ਗਣੇਸ਼ ਜੀ ਦੀ ਮੂਰਤੀ ਸੂਰਿਆ ਦੇਵ ਦੇ 12 ਸਵਰੂਪਾਂ ਤੋਂ ਪ੍ਰੇਰਿਤ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉਤਸਵ ਕਮੇਟੀ ਦਾ ਗਠਨ 1954 ਵਿੱਚ ਸੁਤੰਤਰਤਾ ਸੈਨਾਨੀ ਐਸ ਸ਼ੰਕਰਿਆ ਨੇ ਕੀਤਾ ਸੀ। ਐਸ ਸ਼ੰਕਰਿਆ ਦੇ ਬਾਅਦ ਉਹਨਾਂ ਦੇ ਭਰਾ ਐਸ ਸੁਦਰਸ਼ਨ ਦੇ ਨਾਲ ਐਸ ਰਾਜਕੁਮਾਰ ਤੇ ਉਹਨਾਂ ਦਾ ਪਰਿਵਾਰ ਗਣੇਸ਼ ਉਤਸਵ ਦਾ ਪ੍ਰਬੰਧ ਕਰਦਾ ਰਿਹਾ। ਹੁਣ ਤੱਕ ਇੱਥੇ ਸਥਾਪਿਤ ਕੀਤੀਆਂ ਗਈਆਂ ਮੂਰਤੀਆਂ ਦੀ ਔਸਤ ਉਚਾਈ 60 ਫੁੱਟ ਰਹੀ ਹੈ। ਗਣੇਸ਼ ਉਤਸਵ ਦੇ ਦੌਰਾਨ ਇੰਨੀ ਉੱਚੀ ਪ੍ਰਤਿਮਾ ਕਿਤੇ ਹੋਰ ਬਿਰਾਜਮਾਨ ਨਹੀਂ ਕੀਤੀ ਜਾਂਦੀ। ਇਸ ਸ਼ਾਨਦਾਰ ਗਣੇਸ਼ ਮੂਰਤੀ ਤੇ ਹਰ ਰੋਜ਼ ਚੜ੍ਹਾਈ ਜਾਣ ਵਾਲੀ ਫੁੱਲ ਮਾਲਾ ਦਾ ਭਾਰ ਲਗਭਗ 2 ਤੋਂ 4 ਟਨ ਤੱਕ ਹੋਵੇਗਾ। ਮਾਲਾ ਬਣਾਉਣ ਵਿੱਚ ਕਈ ਤਰ੍ਹਾਂ ਦੇ ਫੁੱਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਥੇ 10 ਦਿਨਾਂ ਤੱਕ ਕਈ ਤਰ੍ਹਾਂ ਦੇ ਸੰਸਕ੍ਰਿਤਿਕ ਪ੍ਰੋਗਰਾਮ ਹੁੰਦੇ ਨੇ। ਗਣੇਸ਼ ਜੀ ਦੀ ਮੂਰਤੀ ਖੁੱਲ੍ਹੇ ਸਥਾਨ ਤੇ ਉੱਚੇ ਰੰਗਮੰਚ ਤੇ ਸਥਾਪਿਤ ਕੀਤੀ ਜਾਂਦੀ ਹੈ। ਰੰਗਮੰਚ ਦੀ ਉਚਾਈ 65 ਫੁੱਟ ਤੇ ਚੌੜਾਈ ਕਰੀਬ 30 ਫੁੱਟ ਹੈ। ਜਾਣਕਾਰੀ ਮੁਤਾਬਕ ਪਿਛਲੇ ਸਾਲ ਗਣੇਸ਼ ਉਤਸਵ ਵਿੱਚ ਇੱਥੇ ਭਗਵਾਨ ਦੇ ਦਰਸ਼ਨ ਲਈ ਰੋਜ਼ਾਨਾ ਕਰੀਬ 70,000 ਤੋਂ ਜ਼ਿਆਦਾ ਭਗਤ ਆਏ ਸਨ। ਇਸ ਸਾਲ ਇਹ ਸੰਖਿਆ ਹੋਰ ਵੀ ਵੱਧ ਸਕਦੀ ਹੈ। ਭਗਤਾਂ ਦੇ ਚੜ੍ਹਾਈ ਦਾਨ ਤੋਂ ਹੀ ਇੱਥੇ ਗਣੇਸ਼ ਉਤਸਵ ਮਨਾਇਆ ਜਾਂਦਾ ਹੈ। ਪਿਛਲੇ ਸਾਲ ਭਗਤਾਂ ਨੇ ਇੱਥੇ ਦੀ ਦਾਨ ਸੰਦੂਕੜੀ ਵਿੱਚ ਕਰੀਬ 70 ਲੱਖ ਰੁਪਏ ਚੜ੍ਹਾਏ ਸਨ। ਭਗਤਾਂ ਲਈ 24 ਘੰਟੇ ਦਰਸ਼ਨ ਦੀ ਵਿਵਸਥਾ ਰਹਿੰਦੀ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਦੇ ਲਈ ਕਮੇਟੀ ਦੇ 200 ਤੋਂ ਜ਼ਿਆਦਾ ਮੈਂਬਰ ਵਿਵਸਥਾ ਤੇ ਸੁਰੱਖਿਆ ਵਿੱਚ ਲੱਗੇ ਰਹਿੰਦੇ ਨੇ। ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਨੂੰ ਇੱਥੇ ਦੀ ਹੁਸੈਨ ਸਾਗਰ ਝੀਲ ਵਿੱਚ ਸਥਾਪਿਤ ਕੀਤਾ ਜਾਂਦਾ ਹੈ। ਇਸ ਦੇ ਲਈ ਕਰੇਨ ਦੀ ਮਦਦ ਲਈ ਜਾਂਦੀ ਹੈ। ਉਤਸਵ ਦੇ ਆਖਰੀ ਦਿਨ ਗਣੇਸ਼ ਜੀ ਵਿਸਰਜਨ ਕੀਤੇ ਜਾਂਦੇ ਨੇ, ਜਿਸ ਵਿੱਚ ਹਜ਼ਾਰਾਂ ਭਗਤ ਸ਼ਾਮਿਲ ਹੁੰਦੇ ਨੇ।